ਤਾਂ ਸਲਮਾਨ ਖਾਨ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ। ਗੋਲੀਆਂ ਚਲਾਉਣ ਵਾਲਿਆਂ ਦੀਆਂ ਸ਼ਕਲਾਂ ਸਾਫ ਸਾਫ ਦੇਖੀਆਂ ਜਾ ਸਕਦੀਆਂ ਨੇ। ਐਕਸਕਲੂਸਿਵ ਤਸਵੀਰ ਨਿਊਜ਼ 18 ਪੰਜਾਬ ਤੇ ਤੁਹਾਨੂੰ ਦਿਖਾ ਰਹੇ ਹਾਂ। ਪਹਿਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ, ਇੱਕ ਕਾਲੀ ਸ਼ਰਟ ਦੇ ਵਿੱਚ ਜਿਸਨੇ ਕਾਲੀ ਰੰਗ ਦੀ ਟੋਪੀ ਪਾਈ ਹੈ ਹਮਲਾਵਰ ਹੈ, ਅਤੇ ਦੂਸਰੇ ਹਮਲਾਵਰ ਨੇ ਮਹਿਰੂਨ ਰੰਗ ਦੀ ਟੀ ਸ਼ਰਟ ਪਾਈ ਹੋਈ ਹੈ ਅਤੇ ਉੱਪਰ ਗ੍ਰੇ ਰੰਗ ਦੀ ਕੈਪ, ਹੱਥ ਦੇ ਵਿੱਚ ਚਿੱਟੇ ਰੰਗ ਦੀ ਸ਼ਰਟ ਫੜੀ ਹੋਈ ਹੈ। ਦੋਹਾਂ ਨੇ ਨੀਲੇ ਰੰਗ ਦੇ ਬੈਗ ਟੰਗੇ ਹੋਏ ਨੇ ਅਤੇ ਦੋਨੇ ਜਣੇ ਬੰਬੇ ਦੇ ਵਿੱਚ ਸਪੋਟ ਕੀਤੇ ਗਏ ਨੇ। ਇੱਕ CCTV ਕੈਮਰੇ ਦੇ ਵਿੱਚ ਦੋਹੇ ਜਣੇ ਕੈਦ ਹੋਏ ਜਿਹੜੇ ਕਿ ਮੋਟਰਸਾਈਕਲ 'ਤੇ ਆਏ ਸੀ 6 ਰੌਂਦ ਫਾਇਰ ਕਰਨ। ਤਾਂ ਦੋ ਬਾਈਕ ਸਵਾਰਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਸੀ ਸਲਮਾਨ ਖਾਨ ਦੇ ਘਰ 'ਤੇ। ਸਵੇਰੇ ਕਰੀਬ 5 ਵਜੇ ਇਹ ਵਾਰਦਾਤ ਹੋਈ ਹੈ ਜਿਸ ਦੇ ਵਿੱਚ ਇਹਨਾਂ ਦੋਹਾਂ ਨੇ ਸਲਮਾਨ ਖਾਨ ਦੇ ਘਰ 'ਤੇ ਗੋਲੀਆਂ ਚਲਾਈਆਂ ਨੇ। ਪੂਰੀ ਪੁਲਿਸ ਪ੍ਰਸ਼ਾਸਨ ਦੇ ਕੋਲ ਇਹ ਤਸਵੀਰਾਂ ਚਲੀਆਂ ਗਈਆਂ ਨੇ। ਸਲਮਾਨ ਖਾਨ 'ਤੇ ਹਮਲਾ ਹੋਇਆ ਹੈ, ਲਾਰੈਂਸ ਬਿਸ਼ਨੋਈ ਗੈਂਗ ਦੇ ਵੱਲੋਂ ਇਸ ਹਮਲੇ ਦੀ ਜ਼ਿੰਮੇਵਾਰੀ ਚੁੱਕੀ ਗਈ ਹੈ। ਤਾਂ ਘਟਨਾ ਦੇ ਸਮੇਂ ਘਰ ਦੇ ਵਿੱਚ ਸਲਮਾਨ ਖਾਨ ਮੌਜੂਦ ਸਨ। ਵੱਡੀ ਖਬਰ ਹੈ, ਕਈ ਵਾਰ ਸਲਮਾਨ ਖਾਨ ਸ਼ੂਟਿੰਗ 'ਤੇ ਹੁੰਦੇ ਨੇ, ਘਰ ਦੇ ਵਿੱਚ ਜ਼ਿਆਦਾਤਰ ਨਹੀਂ ਹੁੰਦੇ, ਪਰ ਜਿਸ ਵੇਲੇ ਕੱਲ੍ਹ ਬੀਤੇ ਦਿਨੇ ਹਮਲਾ ਹੋਇਆ ਉਸ ਦਿਨ ਸਲਮਾਨ ਖਾਨ ਘਰ 'ਚ ਸੀ। ਇੰਝ ਲੱਗ ਰਿਹਾ ਸੀ ਕਿ ਦੋਨੇ ਸ਼ੂਟਰ ਰੇਕੀ ਦੇ ਨਾਲ ਆਏ ਨੇ। ਇੱਕ ਗੋਲੀ ਸਲਮਾਨ ਖਾਨ ਦੇ ਘਰ ਦੇ ਅੰਦਰੋਂ ਵੀ ਮਿਲੀ ਹੈ। ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਭਾਰਤ ਦਾ ਐਡਾ ਵੱਡਾ ਸੁਪਰ ਸਟਾਰ, ਬਾਲੀਵੁੱਡ ਦਾ ਐਡਾ ਵੱਡਾ ਸੁਪਰ ਸਟਾਰ ਜਿਸਨੇ ਪੂਰੇ ਵਿਸ਼ਵ ਦੇ ਵਿੱਚ, ਪੂਰੇ ਸੰਸਾਰ ਦੇ ਵਿੱਚ ਭਾਰਤ ਦਾ ਨਾਂ ਉੱਚਾ ਕੀਤਾ ਹੈ, ਭਾਰਤੀ ਸਿਨੇਮਾ ਦਾ ਨਾਂ ਉੱਚਾ ਕੀਤਾ ਹੈ, ਉਸਦੇ ਘਰ 'ਤੇ ਹਮਲਾ ਹੋਇਆ ਹੈ। ਉਹ ਵੀ ਇੱਕ ਗੈਂਗਸਟਰ ਦੇ ਵੱਲੋਂ ਹਮਲਾ ਕਰਵਾਇਆ ਗਿਆ ਹੈ। ਹਾਲਾਂਕਿ ਪੁਸ਼ਟੀ ਨਹੀਂ ਕਰਦੇ ਅਸੀਂ, ਪਰ ਇੱਕ ਪੋਸਟ ਵਾਇਰਲ ਹੋ ਰਹੀ ਹੈ ਸਵੇਰ ਦੀ ਜਿਸ ਦੇ ਵਿੱਚ ਬਿਸ਼ਨੋਈ ਗਰੁੱਪ ਦੇ ਵੱਲੋਂ ਉਸ ਦੇ ਵਿੱਚ ਲਿਖਿਆ ਹੈ ਕਿ ਇਸ ਹਮਲੇ ਦੀ ਜ਼ਿੰਮੇਵਾਰੀ ਲਿੱਤੀ ਜਾਂਦੀ ਹੈ। ਤਾਂ ਪਰ ਮੁੰਬਈ ਦੇ ਵਿੱਚ ਸਲਮਾਨ ਖਾਨ ਦੇ ਗੈਲੈਕਸੀ ਅਪਾਰਟਮੈਂਟ 'ਤੇ ਹਮਲਾ ਹੋਇਆ ਹੈ। ਦੋ ਮੋਟਰਸਾਈਕਲ ਸਵਾਰਾਂ ਨੇ 6 ਰਾਊਂਡ ਫਾਇਰਿੰਗ ਕੀਤੀ ਸੀ, ਜਿਨ੍ਹਾਂ ਦੀਆਂ ਤਸਵੀਰਾਂ ਸਾਹਮਣੇ ਆ ਗਈਆਂ ਨੇ। ਦੇਖ ਸਕਦੇ ਹੋ, ਆਮ ਜਿਹੇ ਦੇਖਣ ਵਾਲੇ ਇਹ ਦੋ ਨੌਜਵਾਨ ਸਲਮਾਨ ਖਾਨ ਦੇ ਘਰ 'ਤੇ ਫਾਇਰਿੰਗ ਕਰਨ ਆਏ ਸੀ। ਲੋਕਾਂ ਨੇ ਸੋਚਿਆ ਵੀ ਨਹੀਂ ਹੋਣਾ ਕਿ ਦੋ ਬੈਗ ਟੰਗੇ ਹੋਏ ਨੇ ਜਿਨ੍ਹਾਂ ਨੇ ਇਹ ਸਲਮਾਨ ਖਾਨ 'ਤੇ ਹਮਲਾ ਕਰ ਸਕਦੇ ਨੇ। ਤਾਂ ਤੜਕਸਾਰ 5 ਵਜੇ ਜਦ ਲੋਕ ਸੈਰ ਕਰ ਰਹੇ ਸੀ ਸੜਕਾਂ 'ਤੇ, ਉਸ ਵੇਲੇ ਇਹਨਾਂ ਨੇ ਘਰ 'ਤੇ ਹਮਲਾ ਕੀਤਾ। ਤਾਂ ਸਲਮਾਨ ਖਾਨ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ। ਗੋਲੀਆਂ ਚਲਾਉਣ ਵਾਲਿਆਂ ਦੀਆਂ ਸ਼ਕਲਾਂ ਸਾਫ ਸਾਫ ਦੇਖੀਆਂ ਜਾ ਸਕਦੀਆਂ ਨੇ। ਐਕਸਕਲੂਸਿਵ ਤਸਵੀਰ ਨਿਊਜ਼ 18 ਪੰਜਾਬ ਤੇ ਤੁਹਾਨੂੰ ਦਿਖਾ ਰਹੇ ਹਾਂ। ਪਹਿਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ, ਇੱਕ ਕਾਲੀ ਸ਼ਰਟ ਦੇ ਵਿੱਚ ਜਿਸਨੇ ਕਾਲੀ ਰੰਗ ਦੀ ਟੋਪੀ ਪਾਈ ਹੈ ਹਮਲਾਵਰ ਹੈ, ਅਤੇ ਦੂਸਰੇ ਹਮਲਾਵਰ ਨੇ ਮਹਿਰੂਨ ਰੰਗ ਦੀ ਟੀ ਸ਼ਰਟ ਪਾਈ ਹੋਈ ਹੈ ਅਤੇ ਉੱਪਰ ਗ੍ਰੇ ਰੰਗ ਦੀ ਕੈਪ, ਹੱਥ ਦੇ ਵਿੱਚ ਚਿੱਟੇ ਰੰਗ ਦੀ ਸ਼ਰਟ ਫੜੀ ਹੋਈ ਹੈ। ਦੋਹਾਂ ਨੇ ਨੀਲੇ ਰੰਗ ਦੇ ਬੈਗ ਟੰਗੇ ਹੋਏ ਨੇ ਅਤੇ ਦੋਨੇ ਜਣੇ ਬੰਬੇ ਦੇ ਵਿੱਚ ਸਪੋਟ ਕੀਤੇ ਗਏ ਨੇ। ਇੱਕ CCTV ਕੈਮਰੇ ਦੇ ਵਿੱਚ ਦੋਹੇ ਜਣੇ ਕੈਦ ਹੋਏ ਜਿਹੜੇ ਕਿ ਮੋਟਰਸਾਈਕਲ 'ਤੇ ਆਏ ਸੀ 6 ਰੌਂਦ ਫਾਇਰ ਕਰਨ। ਤਾਂ ਦੋ ਬਾਈਕ ਸਵਾਰਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਸੀ ਸਲਮਾਨ ਖਾਨ ਦੇ ਘਰ 'ਤੇ। ਸਵੇਰੇ ਕਰੀਬ 5 ਵਜੇ ਇਹ ਵਾਰਦਾਤ ਹੋਈ ਹੈ ਜਿਸ ਦੇ ਵਿੱਚ ਇਹਨਾਂ ਦੋਹਾਂ ਨੇ ਸਲਮਾਨ ਖਾਨ ਦੇ ਘਰ 'ਤੇ ਗੋਲੀਆਂ ਚਲਾਈਆਂ ਨੇ। ਪੂਰੀ ਪੁਲਿਸ ਪ੍ਰਸ਼ਾਸਨ ਦੇ ਕੋਲ ਇਹ ਤਸਵੀਰਾਂ ਚਲੀਆਂ ਗਈਆਂ ਨੇ। ਸਲਮਾਨ ਖਾਨ 'ਤੇ ਹਮਲਾ ਹੋਇਆ ਹੈ, ਲਾਰੈਂਸ ਬਿਸ਼ਨੋਈ ਗੈਂਗ ਦੇ ਵੱਲੋਂ ਇਸ ਹਮਲੇ ਦੀ ਜ਼ਿੰਮੇਵਾਰੀ ਚੁੱਕੀ ਗਈ ਹੈ। ਤਾਂ ਘਟਨਾ ਦੇ ਸਮੇਂ ਘਰ ਦੇ ਵਿੱਚ ਸਲਮਾਨ ਖਾਨ ਮੌਜੂਦ ਸਨ। ਵੱਡੀ ਖਬਰ ਹੈ,
ਕਈ ਵਾਰ ਸਲਮਾਨ ਖਾਨ ਸ਼ੂਟਿੰਗ ਤੇ ਹੁੰਦੇ ਨੇ, ਘਰ ਦੇ ਵਿੱਚ ਜ਼ਿਆਦਾਤਰ ਨਹੀਂ ਹੁੰਦੇ। ਪਰ ਜਿਸ ਵੇਲੇ ਕੱਲ ਬੀਤੇ ਦਿਨੇ ਹਮਲਾ ਹੋਇਆ, ਉਸ ਦਿਨ ਸਲਮਾਨ ਖਾਨ ਘਰ 'ਚ ਸੀ। ਇੰਜ ਲੱਗ ਰਿਹਾ ਸੀ ਕਿ ਦੋਨੇ ਸ਼ੂਟਰ ਰੇਕੀ ਦੇ ਨਾਲ ਆਏ ਨੇ। ਇੱਕ ਗੋਲੀ ਸਲਮਾਨ ਖਾਨ ਦੇ ਘਰ ਦੇ ਅੰਦਰੋਂ ਵੀ ਮਿਲੀ ਹੈ। ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਭਾਰਤ ਦਾ ਐਡਾ ਵੱਡਾ ਸੁਪਰ ਸਟਾਰ, ਬਾਲੀਵੁੱਡ ਦਾ ਐਡਾ ਵੱਡਾ ਸੁਪਰ ਸਟਾਰ, ਜਿਸ ਨੇ ਪੂਰੇ ਵਿਸ਼ਵ ਦੇ ਵਿੱਚ, ਪੂਰੇ ਸੰਸਾਰ ਦੇ ਵਿੱਚ ਭਾਰਤ ਦਾ ਨਾਂ ਉੱਚਾ ਕੀਤਾ ਹੈ, ਭਾਰਤੀ ਸਿਨੇਮਾ ਦਾ ਨਾਂ ਉੱਚਾ ਕੀਤਾ ਹੈ, ਉਸਦੇ ਘਰ 'ਤੇ ਹਮਲਾ ਹੋਇਆ ਹੈ। ਉਹ ਵੀ ਇੱਕ ਗੈਂਗਸਟਰ ਦੇ ਵੱਲੋਂ ਹਮਲਾ ਕਰਵਾਇਆ ਗਿਆ ਹੈ। ਹਾਲਾਂਕਿ ਪੁਸ਼ਟੀ ਨਹੀਂ ਕਰਦੇ ਅਸੀਂ, ਪਰ ਇੱਕ ਪੋਸਟ ਵਾਇਰਲ ਹੋ ਰਹੀ ਹੈ ਸਵੇਰ ਦੀ, ਜਿਸ ਦੇ ਵਿੱਚ ਬਿਸ਼ਨੋਈ ਗਰੁੱਪ ਦੇ ਵੱਲੋਂ ਉਸ ਦੇ ਵਿੱਚ ਲਿਖਿਆ ਹੈ ਕਿ ਇਸ ਹਮਲੇ ਦੀ ਜ਼ਿੰਮੇਵਾਰੀ ਲਿੱਤੀ ਜਾਂਦੀ ਹੈ। ਅਤੇ ਪਰ ਮੁੰਬਈ ਦੇ ਵਿੱਚ ਸਲਮਾਨ ਖਾਨ ਦੇ ਗੈਲੈਕਸੀ ਅਪਾਰਟਮੈਂਟ 'ਤੇ ਹਮਲਾ ਹੋਇਆ ਹੈ। ਦੋ ਮੋਟਰਸਾਈਕਲ ਸਵਾਰਾਂ ਨੇ 6 ਰਾਊਂਡ ਫਾਇਰਿੰਗ ਕੀਤੀ ਸੀ, ਜਿਨ੍ਹਾਂ ਦੀਆਂ ਤਸਵੀਰਾਂ ਸਾਹਮਣੇ ਆ ਗਈਆਂ ਨੇ। ਦੇਖ ਸਕਦੇ ਹੋ ਆਮ ਜਿਹੇ ਦੇਖਣ ਵਾਲੇ ਇਹ ਦੋ ਨੌਜਵਾਨ ਸਲਮਾਨ ਖਾਨ ਦੇ ਘਰ 'ਤੇ ਫਾਇਰਿੰਗ ਕਰਨ ਆਏ ਸੀ। ਲੋਕਾਂ ਨੇ ਸੋਚਿਆ ਵੀ ਨਹੀਂ ਹੋਣਾ ਕਿ ਦੋ ਬੈਗ ਟੰਗੇ ਹੋਏ ਨੇ ਜਿਨ੍ਹਾਂ ਨੇ ਇਹ ਸਲਮਾਨ ਖਾਨ 'ਤੇ ਹਮਲਾ ਕਰ ਸਕਦੇ ਨੇ। ਤਾਂ ਤੜਕਸਾਰ 5 ਵਜੇ ਜਦ ਲੋਕ ਸੈਰ ਕਰ ਰਹੇ ਸੀ ਸੜਕਾਂ 'ਤੇ, ਉਸ ਵੇਲੇ ਇਹਨਾਂ ਨੇ ਘਰ 'ਤੇ ਹਮਲਾ ਕੀਤਾ।